ਇਸ ਸਵੇਰੇ ਐਕਸੀਡੈਂਟ ਹੋਇਆ ਜੀ ਜੀ ਟੀ ਰੋਡ ਹਾਈਵੇ ਦੇ ਉੱਤੇ, ਇੱਕ ਗ੍ਰੀਨਲੈਂਡ ਹੋਟਲ ਦੇ ਮੂਹਰੇ ਉੱਪਰ ਜਾਂ ਚੜ੍ਹਦੇ ਆਪਾਂ ਜੀ ਟੀ ਰੋਡ ਦੇ ਉੱਤੇ, ਇਹ ਸਰਹੰਦ ਦਾ ਬੰਦਾ, ਇਹਦੀ ਡੈਥ ਹੋ ਚੁੱਕੀ ਹੈ। ਅਤੇ ਜਿਹੜਾ ਆਪਣਾ ਗੁਲਜ਼ਾਰ ਕਾਲਜ ਦੇ ਵਿੱਚ ਐਕਸੀਡੈਂਟ ਹੋਇਆ, ਉੱਥੇ 3 ਬੰਦੇ ਆਏ ਆ ਫੱਟਣ, ਉਹਨਾਂ ਦਾ ਕਿਸੇ ਜਾਨੀ ਨੁਕਸਾਨ ਨਹੀਂ ਹੋਇਆ। ਇਸ ਕਰਕੇ ਵੀ ਅਸੀਂ ਇੱਕ ਗੱਡੀ ਦੁਬਾਰਾ ਫਿਰ ਭੇਜੀ ਹੈ, ਉੱਥੇ 3 ਫੱਟੜ ਹੋਰ ਹੈ ਜਿਹੜੇ ਕਿ ਸਾਡੀ ਸੇਵਾ ਹਿਊਮਨ ਵੈਲਫੇਅਰ ਬਲੱਡ, ਮਹਾਂਕਾਲ ਬਲੱਡ ਸੇਵਾ, ਨਰ ਸੇਵਾ, ਨਰਾਇਣ ਸੇਵਾ ਅਤੇ ਭਾਈ ਘਰਈਆ ਸੇਵਾ ਸੁਸਾਇਟੀ ਦੇ ਸਾਰੇ ਮੈਂਬਰ ਆਪਣੀ ਗੱਡੀ ਲੈ ਕੇ ਗਏ ਹਾਂ, ਜੋ ਅਸੀਂ ਇੱਥੇ ਫ੍ਰੀ ਚਲਾ ਰਹੇ ਹਾਂ। ਅਤੇ ਐਟ ਏ ਟਾਈਮ ਪ੍ਰਸ਼ਾਸਨ ਦੇ SHO ਸਾਹਿਬ ਪਹੁੰਚੇ ਸੀਗੇ, ਨਾਲ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ, ਅਸੀਂ ਸਿਵਲ ਹਸਪੀਟਲ ਦੇ ਵਿੱਚ ਇੱਕ ਡੈਡ ਬੋਡੀ ਰੱਖ ਚੁੱਕੇ। ਕਿੰਨੀਆਂ ਗੱਡੀਆਂ ਭਿੜੀਆਂ ਨੇ? ਇਹ 7-8 ਗੱਡੀਆਂ ਹੈ ਜੀ, ਜਿਹੜੀਆਂ ਬੱਸਾਂ ਅਤੇ ਟਰੱਕ, ਉਹਦੇ ਵਿੱਚ ਬੀਜੇ ਤੋਂ ਅਸੀਂ ਫਿਰ ਟ੍ਰੈਫਿਕ ਜਿਹੜਾ ਉਹ ਡਿਵਾਈਡ ਕਰਵਾਇਆ ਥੱਲੇ ਨੂੰ। ਅਤੇ ਕਾਰਨ ਕੀ ਰਿਹਾ? ਇਹ ਕਾਰਨ ਧੁੰਦ ਦਾ ਕਾਰਨ ਜੀ, ਜਿਹੜਾ 1 ਲੱਖ ਧੁੰਦ ਪਈ ਹੈ। ਸਵੇਰੇ ਅਸੀਂ ਅੱਜ ਕੈਂਪ 'ਤੇ ਚੱਲੇ ਸੀਗੇ, ਸਾਨੂੰ ਇੱਕ ਕਾਲ ਆਈ ਹੈ ਸਵੇਰੇ 6:30 ਵਜੇ, ਇਸ ਕਰਕੇ ਵੀ ਕੈਂਪ 'ਤੇ ਜਾਣ ਤੋਂ ਪਹਿਲਾਂ ਸਾਨੂੰ ਕਾਲ ਆਈ। ਜਦ ਅਸੀਂ ਫਟਾਫਟ ਆਪਣੀ ਗੱਡੀ ਲੈ ਕੇ ਉੱਥੇ ਪਹੁੰਚੇ, ਸਾਡੇ ਭਾਈ ਘਨੱਈਆ ਸੇਵਾ ਸੁਸਾਇਟੀ ਦੇ ਰਾਹੁਲ ਗਰਗ ਬਾਬਾ ਜੀ, ਮੁਕੇਸ਼ ਸਿੰਘ ਜੀ ਔਰ ਸਾਰੇ ਸਾਡੇ ਚੰਦਨ ਨੇਗੀ ਜੀ, ਸਾਰੇ ਅਸੀਂ ਲੱਗੇ ਹੋਏ ਹਾਂ। ਔਰ ਡੈਡ ਬੋਡੀ ਜੋ ਅਸੀਂ ਰਖਾਤੀ ਹੈ, ਅਤੇ ਜੋ ਫੱਟਣ ਹੈ ਇੰਜਣ ਹੈ ਜੋ, ਉਹ ਅਸੀਂ ਸਿਵਲ ਹਸਪੀਟਲ ਪਹੁੰਚਾ ਰਹੇ ਹਾਂ। 3 ਆ ਗਏ ਹਾਂ, 3 ਹੋਰ ਆ ਰਹੇ ਹਾਂ। ਮੇਰਾ ਰਣਜੀਤ ਸਿੰਘ ਜੀ। ਇਹ ਬਾਈ ਸਵੇਰੇ ਧੁੰਦ ਬਹੁਤ ਜ਼ਿਆਦਾ ਸੀ ਇੱਥੇ, ਤਕਰੀਬਨ 9 ਵਜੇ ਦਾ ਟਾਈਮ ਸੀ, ਅਤੇ ਸਾਡੇ ਤੋਂ ਪਹਿਲਾਂ ਇੱਥੇ ਗੱਡੀਆਂ ਰੁਕੀਆਂ ਪਈਆਂ ਸੀ, ਇੱਕ ਦੂਜੇ ਦੇ ਵਿੱਚ ਵੱਜੀਆਂ ਹਨ ਪਹਿਲਾਂ, ਅਤੇ ਤਕਰੀਬਨ 100 ਗੱਡੀ ਇੱਥੇ ਵੱਜ ਗਈ ਹੋਣੀ ਹੁਣ ਤੱਕ। ਹਾਂਜੀ, ਤੁਸੀਂ ਕਿੱਥੋਂ ਆ ਰਹੇ ਸੀ? ਅਸੀਂ ਬਾਈ ਜਲੰਧਰ ਤੋਂ ਆ ਰਹੇ ਸੀ, ਅੰਬਾਲੇ ਜਾਣਾ ਹੈ। ਸਾਡਾ ਭਾਈ ਕਾਫੀ ਨੁਕਸਾਨ ਹੋ ਗਿਆ ਗੱਡੀ ਦਾ, ਬਾਕੀ ਲੋਕਾਂ ਦੀਆਂ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਇੱਥੇ, ਪਰ ਜਾਨੀ ਉਹ ਆਪਣਾ ਸਾਹਿਬ ਸਹੀ ਰਹਿ ਗਿਆ ਸਾਰਿਆਂ ਦਾ। ਹਾਂਜੀ 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 ਕਾਰਨ ਭਾਜੀ ਧੁੰਦ ਤਾਂ ਮੇਨ ਕਾਰਨ ਇਹਦਾ ਧੁੰਦ ਹੀ ਆ, ਬਾਕੀ ਲੋਕਾਂ ਥੋੜ੍ਹੀ ਜਿਹੀ ਉਸ ਹਿਸਾਬ ਨਾਲ ਚਲਾਉਣ ਕਿ ਐਕਸੀਡੈਂਟ ਤੋਂ ਬਚਿਆ ਜਾਏ। ਹਾਂਜੀ,